ਸੈਨਾ ਦੇ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਤਕਨੀਕੀ ਖਰਾਬੀ ਦੇ ਕਾਰਨ ਹੈਲੀਕਾਪਟਰ ਨੂੰ ਖੇਤਾਂ ਦੇ ਵਿੱਚ ਹੀ ਲੈਂਡ ਕਰਵਾ ਦਿੱਤਾ ਗਿਆ। ਹਾਲਾਂਕਿ ਇਸ ਹੈਲੀਕਾਪਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ 3 ਜਵਾਨ ਸਵਾਰ ਸਨ। ਹਾਲਾਂਕਿ ਇਹਨਾਂ ਦੀ ਐਮਰਜੈਂਸੀ ਜਦੋਂ ਲੈਂਡਿੰਗ ਹੋਈ ਤਾਂ ਉੱਥੇ ਦੂਸਰਾ ਹੈਲੀਕਾਪਟਰ ਪਹੁੰਚਦਾ, ਜਿਸ ਦੇ ਆਉਣ ਤੋਂ ਬਾਅਦ ਇਹ ਵੀ ਉੱਥੋਂ ਰਵਾਨਾ ਹੋ ਜਾਂਦਾ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਫੌਜ ਦਾ ਇਹ ਹੈਲੀਕਾਪਟਰ ਦਾ ਨਾਮ ਚੀਤਾ ਦੱਸਿਆ ਜਾ ਰਿਹਾ ਹੈ, ਜਿਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਤਾਂ ਦੱਸ ਦਈਏ ਕਿ ਯਮੁਨਾਨਗਰ 'ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਪਾਇਲਟ ਨੇ ਖੇਤਾਂ ਦੇ ਵਿੱਚ ਹੀ ਹੈਲੀਕਾਪਟਰ ਚੀਤਾ ਉਤਾਰ ਦਿੱਤਾ। ਤਕਨੀਕੀ ਖਰਾਬੀ ਦੇ ਕਾਰਨ ਇਹ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਚੀਤਾ ਹੈਲੀਕਾਪਟਰ ਦੇ ਵਿੱਚ ਫੌਜ ਦੇ 3 ਜਵਾਨ ਸਵਾਰ ਦੱਸੇ ਜਾ ਰਹੇ ਸੀ। ਫੌਜ ਦਾ ਦੂਸਰਾ ਹੈਲੀਕਾਪਟਰ ਆਉਣ ਤੋਂ ਬਾਅਦ ਚੀਤਾ ਹੈਲੀਕਾਪਟਰ ਨੇ ਵੀ ਉਡਾਣ ਭਰੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਵੀ ਇਸ ਨੂੰ ਲੈ ਕੇ ਸਾਹਮਣੇ ਆਈਆਂ ਨੇ। ਖੇਤਾਂ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਇੱਕ ਹੈਲੀਕਾਪਟਰ ਜੋ ਹੈ ਉਹ ਖੜ੍ਹਾ। ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਅਚਾਨਕ ਹੀ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ, ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਅਤੇ ਤੁਰੰਤ ਖੇਤਾਂ ਦੇ ਵਿੱਚ ਹੀ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਜਾਂਦੀ ਹੈ। ਹਾਲਾਂਕਿ ਜਦੋਂ ਉੱਥੇ ਦੂਸਰਾ ਸੈਨਾ ਦਾ ਹੈਲੀਕਾਪਟਰ ਪਹੁੰਚਦਾ ਹੈ ਤਾਂ ਇਸ ਹੈਲੀਕਾਪਟਰ ਨੇ ਵੀ ਉਸ ਤੋਂ ਬਾਅਦ ਉਡਾਨ ਭਰੀ ਹੈ ਅਤੇ ਰਵਾਨਾ ਹੋ ਗਿਆ। ਜਾਣਕਾਰੀ ਮੁਤਾਬਿਕ ਇਸ ਹੈਲੀਕਾਪਟਰ ਦਾ ਨਾਮ ਚੀਤਾ ਦੱਸਿਆ ਗਿਆ, ਜਿਸ ਦੇ ਵਿੱਚ ਸੈਨਾ ਦੇ 3 ਜਵਾਨ ਸਵਾਰ ਦੱਸੇ ਜਾ ਰਹੇ ਸੀ। ਸੈਨਾ ਦੇ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇੱਕ ਤਕਨੀਕੀ ਖਰਾਬੀ ਦੇ ਕਾਰਨ ਹੈਲੀਕਾਪਟਰ ਨੂੰ ਖੇਤਾਂ ਦੇ ਵਿੱਚ ਹੀ ਲੈਂਡ ਕਰਵਾ ਦਿੱਤਾ ਗਿਆ। ਹਾਲਾਂਕਿ ਇਸ ਹੈਲੀਕਾਪਟਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਫੌਜ ਦੇ 3 ਜਵਾਨ ਸਵਾਰ ਸਨ। ਹਾਲਾਂਕਿ ਇਹਨਾਂ ਦੀ ਐਮਰਜੈਂਸੀ ਜਦੋਂ ਲੈਂਡਿੰਗ ਹੋਈ ਤਾਂ ਉੱਥੇ ਦੂਸਰਾ ਹੈਲੀਕਾਪਟਰ ਪਹੁੰਚਦਾ, ਜਿਸ ਦੇ ਆਉਣ ਤੋਂ ਬਾਅਦ ਇਹ ਵੀ ਉੱਥੋਂ ਰਵਾਨਾ ਹੋ ਜਾਂਦਾ ਹੈ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਫੌਜ ਦਾ ਇਹ ਹੈਲੀਕਾਪਟਰ ਦਾ ਨਾਮ ਚੀਤਾ ਦੱਸਿਆ ਜਾ ਰਿਹਾ ਹੈ, ਜਿਸ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਤਾਂ ਦੱਸ ਦਈਏ ਕਿ ਯਮੁਨਾਨਗਰ 'ਚ ਫੌਜ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਪਾਇਲਟ ਨੇ ਖੇਤਾਂ ਦੇ ਵਿੱਚ ਹੀ ਹੈਲੀਕਾਪਟਰ ਚੀਤਾ ਉਤਾਰ ਦਿੱਤਾ। ਤਕਨੀਕੀ ਖਰਾਬੀ ਦੇ ਕਾਰਨ ਇਹ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਚੀਤਾ ਹੈਲੀਕਾਪਟਰ ਦੇ ਵਿੱਚ ਫੌਜ ਦੇ 3 ਜਵਾਨ ਸਵਾਰ ਦੱਸੇ ਜਾ ਰਹੇ ਸੀ। ਫੌਜ ਦਾ ਦੂਸਰਾ ਹੈਲੀਕਾਪਟਰ ਆਉਣ ਤੋਂ ਬਾਅਦ ਚੀਤਾ ਹੈਲੀਕਾਪਟਰ ਨੇ ਵੀ ਉਡਾਣ ਭਰੀ ਹੈ। ਤਾਂ ਦੱਸ ਦਈਏ ਕਿ ਤਸਵੀਰਾਂ ਵੀ ਇਸ ਨੂੰ ਲੈ ਕੇ ਸਾਹਮਣੇ ਆਈਆਂ ਨੇ। ਖੇਤਾਂ ਦੇ ਵਿੱਚ ਸਾਫ ਦਿਖਾਈ ਦੇ ਰਿਹਾ ਕਿ ਇੱਕ ਹੈਲੀਕਾਪਟਰ ਜੋ ਹੈ ਉਹ ਖੜ੍ਹਾ। ਕਿਹਾ ਜਾ ਰਿਹਾ ਹੈ ਕਿ ਇਸ ਦੇ ਵਿੱਚ ਅਚਾਨਕ ਹੀ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ, ਜਿਸ ਤੋਂ ਬਾਅਦ ਪਾਇਲਟ ਦੇ ਵੱਲੋਂ ਫੈਸਲਾ ਲਿਆ ਜਾਂਦਾ ਹੈ ਅਤੇ ਤੁਰੰਤ ਖੇਤਾਂ ਦੇ ਵਿੱਚ ਹੀ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾ ਦਿੱਤੀ ਜਾਂਦੀ ਹੈ। ਹਾਲਾਂਕਿ ਜਦੋਂ ਉੱਥੇ ਦੂਸਰਾ ਸੈਨਾ ਦਾ ਹੈਲੀਕਾਪਟਰ ਪਹੁੰਚਦਾ ਹੈ ਤਾਂ ਇਸ ਹੈਲੀਕਾਪਟਰ ਨੇ ਵੀ ਉਸ ਤੋਂ ਬਾਅਦ ਉਡਾਨ ਭਰੀ ਹੈ ਅਤੇ ਰਵਾਨਾ ਹੋ ਗਿਆ। ਜਾਣਕਾਰੀ ਮੁਤਾਬਿਕ ਇਸ ਹੈਲੀਕਾਪਟਰ ਦਾ ਨਾਮ ਚੀਤਾ ਦੱਸਿਆ ਗਿਆ, ਜਿਸ ਦੇ ਵਿੱਚ ਸੈਨਾ ਦੇ 3 ਜਵਾਨ ਸਵਾਰ ਦੱਸੇ ਜਾ ਰਹੇ ਸੀ।